रशिया जापान साथों डरे हुए क्योंकि उन्होंने एक चैनल नु दित्ती इंटरव्यू दौरान दस्या कि एक समा अजिहा भी आया सी जदों मैनु लगदा सी कि मेरी जिंदगी खत्म हो गई या हुण मैं कुछ नहीं कर पाऊंगा। ਤਾਂ ਉਹਨਾਂ ਨੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਕਿਹਾ ਕਿ ਇੱਕ ਵਾਰ ਦੀ ਗੱਲ ਆ ਕਿ ਸਾਡਾ ਕਿਸੇ ਨਾਲ ਕੋਈ ਝਗੜਾ ਹੋ ਗਿਆ ਸੀ ਜਿਸ ਵਿੱਚ ਸਿੰਘਾ ਨੇ ਕਿਹਾ ਕਿ ਮੇਰਾ ਕੋਈ ਰੋਲ ਵੀ ਨਹੀਂ ਸੀ ਮੈਂ ਚਲਾ ਗਿਆ ਅਤੇ ਉੱਥੇ ਅੱਗੋਂ ਪੁਲਿਸ ਆ ਗਈ ਜਿਸ ਵਿੱਚੋਂ ਇੱਕ ਪੁਲਿਸ ਵਾਲੇ ਦੀ ਡਰਿੰਕ ਕੀਤੀ ਹੋਈ ਸੀ ਜਿਸ ਨਾਲ ਉਹਨਾਂ ਦੀ ਤੂੰ ਐਵੇਂ ਹੋ ਗਈ ਅਤੇ ਜਿਹੜੇ ਨਾਲ ਦੇ ਸੀ ਬਾਕੀ ਸਾਰੇ ਭੱਜ ਗਏ ਅਤੇ ਫਿਰ ਇਕੱਲਾ ਸਿੰਘਾ ਹੀ ਖੜ ਗਿਆ ਅਤੇ ਸਿੰਘੇ ਨੂੰ ਫਿਰ ਪੁਲਿਸ ਚੱਕ ਕੇ ਲੈ ਗਈ। ਤਾਂ ਦੋਸਤੋ ਇੱਥੇ ਹੀ ਉਹਨਾਂ ਨੇ ਨਾਲ ਹੀ ਦੱਸਿਆ ਕਿ ਕੁਝ ਦਿਨ ਪਹਿਲਾਂ ਇਲਾਕੇ ਵਿੱਚ ਕੋਈ ਵਾਰਦਾਤ ਵੀ ਹੋਈ ਸੀ ਲੁੱਟ ਖੋਹ ਦੀ ਅਤੇ ਸਿੰਘੇ ਨੂੰ ਉਹਦੇ ਬਾਰੇ ਵੀ ਪੁੱਛਗਿੱਛ ਕਰ ਰਹੇ ਸੀ ਪਰ ਉਹਨਾਂ ਨੇ ਕਿਹਾ ਕਿ ਉਸ ਵਿੱਚ ਸਾਡਾ ਕੋਈ ਰੋਲ ਨਹੀਂ ਸੀ ਨਾ ਹੀ ਮੈਨੂੰ ਇਸ ਤਰ੍ਹਾਂ ਦਾ ਕੁਝ ਕਰਨ ਦੀ ਲੋੜ ਸੀ ਕਿਉਂਕਿ ਮੈਂ ਇੱਕ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਅਤੇ ਮੇਰੇ ਪਿਤਾ ਜੀ ਦੀ ਮੇਰੇ ਨਾਲ ਸਪੋਰਟ ਬਹੁਤ ਜ਼ਿਆਦਾ ਰਹੀ ਆ। ਤਾਂ ਦੋਸਤੋ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਹਵਾਲਾਤ ਦੇ ਵਿੱਚ ਬੈਠਾ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਸਿੰਘੇ ਹੁਣ ਤੇਰੀ ਜ਼ਿੰਦਗੀ ਖਤਮ ਆ, ਤੂੰ ਕੁਝ ਨਹੀਂ ਕਰ ਪਾਉਣਾ ਜ਼ਿੰਦਗੀ ਦੇ ਵਿੱਚ ਕਿਉਂਕਿ ਤੂੰ ਇੱਥੇ ਫਸ ਸਕਦਾ। ਪਰ ਦੋਸਤੋ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਬਹੁਤ ਹੀ ਵਧੀਆ ਇਨਸਾਨ ਆ ਜੋ ਹਮੇਸ਼ਾ ਹੀ ਮੇਰੀ ਸਪੋਰਟ ਕਰਦੇ ਆ। ਅਤੇ ਫਿਰ ਕੁਝ ਹੀ ਸਮੇਂ ਬਾਅਦ 3 ਗੱਡੀਆਂ ਭਰ ਕੇ ਆਈਆਂ ਸਿੰਘੇ ਨੂੰ ਛਡਵਾਉਣ ਲਈ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਹੋਇਆ ਉਹਨਾਂ ਦੇ ਪਿਤਾ ਜੀ ਕਰਕੇ, ਉਹਨਾਂ ਦੀ ਸਪੋਰਟ ਕਰਕੇ। ਅਤੇ ਉਹਨਾਂ ਨੇ ਇੱਥੇ ਇਹ ਗੱਲ ਵੀ ਕਹੀ ਕਿ ਉਹ ਹਮੇਸ਼ਾ ਪੋਜ਼ਿਟਿਵ ਸੋਚਦੇ ਆ, ਕਦੇ ਵੀ ਨੈਗੇਟਿਵ ਨਹੀਂ ਸੋਚਦੇ, ਜਿਸ ਕਰਕੇ ਉਹ ਅੱਗੇ ਵੱਧਦੇ ਆ। ਅਤੇ ਉਹਨਾਂ ਨੇ ਕਿਹਾ ਕਿ ਅੱਜ ਮੈਂ ਜੋ ਵੀ ਹਾਂ, ਜਿਸ ਵੀ ਮੁਕਾਮ 'ਤੇ ਹਾਂ, ਉਹ ਮੈਂ ਆਪਣੀ ਪੋਜ਼ਿਟਿਵਿਟੀ 'ਤੇ ਆਪਣੇ ਮਾਤਾ ਪਿਤਾ ਦੇ ਸੰਯੋਗ ਕਾਰਨ, ਉਹਨਾਂ ਦੀ ਸਪੋਰਟ ਕਾਰਨ ਆ। ਸੋ ਦੋਸਤੋ, ਸਿੰਘਾਂ ਨੇ ਆਪਣੇ ਜੀਵਨ ਵਿੱਚ ਬਹੁਤ ਮਿਹਨਤ ਕੀਤੀ ਆ, ਹਾਰਡਵਰਕ ਕੀਤਾ, ਸਟਰਗਲ ਕੀਤਾ, ਤਾਂ ਹੀ ਉਹ ਸਕਸੈਸਫੁਲ ਬਣ ਸਕੇ ਆ। ਸੋ ਦੋਸਤੋ, ਸਾਨੂੰ ਵੀ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਹਮੇਸ਼ਾ ਪੋਜ਼ਿਟਿਵ ਰਹੋ, ਹਮੇਸ਼ਾ ਅੱਗੇ ਵੱਧਦੇ ਰਹੋ, ਤਾਂ ਹੀ ਅਸੀਂ ਲਾਈਫ ਵਿੱਚ ਕਾਮਯਾਬ ਹੋ ਸਕਦੇ ਹਾਂ। ਸੋ ਦੋਸਤੋ, ਜੇ ਤੁਹਾਨੂੰ ਸਿੰਘੇ ਦੀ ਲਾਈਫ ਦੀ ਇਹ ਸਟੋਰੀ ਵਧੀਆ ਲੱਗੀ ਅਤੇ ਤੁਸੀਂ ਸਿੰਘੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਨਾਲ ਦੀ ਨਾਲ ਵੀਡੀਓ ਦੇ ਨੀਚੇ ਕਮੈਂਟ ਵਿੱਚ ਲਿਖੋ ਫੈਨ ਸਿੰਘੇ ਦੇ। ਅਤੇ ਦੋਸਤੋ, ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸਿੰਘੇ ਦੀ ਇਸ ਸਟੋਰੀ ਬਾਰੇ ਜਾਣ ਸਕਣ। ਅਤੇ ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।